ਆਪਾਂ ਬਹੁਤਾ ਕਸੂਰ ਕੱਢਦੇ ਹਾਂ ਵੀ ਨੋਵਾਂ ਗਲਤ ਹੋ ਗਈਆਂ ਜੀ, ਉਹ ਘਰ ਵਿੱਚ ਆਈਆਂ ਅਤੇ ਪ੍ਰੋਬਲਮ ਹੋ ਗਈ। ਜੇ ਸਾਡਾ ਪੁੱਤ ਠੀਕ ਹੋਵੇ ਤਾਂ ਸ਼ਾਇਦ ਉਹ ਵੀ ਠੀਕ ਹੋ ਸਕਦੀ, ਪਰ ਪ੍ਰੋਬਲਮ ਕਿੱਥੇ ਹੁੰਦੀ ਹੈ? ਜਦੋਂ ਦੋਨੋਂ ਹੀ ਗਲਤ ਹੋ ਜਾਂਦੇ ਆ। ਫਿਰ ਹੁਣ ਫੈਸ਼ਨ ਬਣ ਗਿਆ ਵੀ ਬਜ਼ੁਰਗ ਹੋ ਗਏ ਟੇਕ ਕੇਅਰ ਤਾਂ ਹੁੰਦੀ ਨਹੀਂ ਜੀ, ਛੱਡ ਆਓ ਜੀ, ਕਿੱਥੇ ਜਿੱਥੇ ਕੋਈ ਆਸ਼ਰਮ ਬਣੇ ਉੱਥੇ ਛੱਡ ਆਓ, ਬਿਰਧ ਆਸ਼ਰਮ ਛੱਡ ਆਉਂਦੇ ਨੇ। ਇੰਨੇ ਇੰਨੇ ਵੱਡੇ ਘਰ ਹੈ, ਇੰਨੇ ਇੰਨੇ ਫਲੈਟ ਹੈ, ਅਤੇ ਮਾਂ ਬਾਪ ਵਿਚਾਰੇ ਉੱਥੇ ਰੋਲਦੇ ਫਿਰਦੇ। ਕਿੰਨੀਆਂ ਕਹਾਣੀਆਂ ਨੇ, ਕਿੰਨਾ ਕੁਝ ਹੈ। ਪਿਛਲੇ ਦਿਨੀ ਮੈਂ ਇੱਕ ਵੀਡੀਓ ਵੇਖ ਰਿਹਾ ਸੀ, ਭਾਵੇਂ ਮੇਰਾ ਟੌਪਿਕ ਨਹੀਂ, ਪਰ ਮੈਂ ਕਹਿਣਾ ਜ਼ਰੂਰ ਚਾਹਾਂਗਾ, ਸਾਨੂੰ ਸਾਰਿਆਂ ਨੂੰ ਸ਼ਾਇਦ ਕਿਤੇ ਦਿਲ ਨੂੰ ਗੱਲ ਲੱਗ ਜਾਵੇ, ਕਦੇ ਆਪਾਂ ਵੀ ਐਸਾ ਕਰਦੇ ਹੋਈਏ ਆਪਣੇ ਮਾਪਿਆਂ ਦੇ ਨਾਲ, ਅਤੇ ਕਿਤੇ ਸਮਝ ਆ ਜਾਏ। ਪੁੱਤਾਂ ਦੇ ਕੋਲ ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ ਦੇ ਮਾਲਕ ਹੈ, ਬਹੁਤ ਧਨ ਦੌਲਤ ਹੈ, ਵੀਡੀਓ ਵਿੱਚ ਵਿਖਾਇਆ ਜਾ ਰਿਹਾ। ਅਤੇ ਜਿਹੜੀ ਬਜ਼ੁਰਗ ਮਾਤਾ, ਉਹਨੂੰ ਕੈਂਸਰ ਹੋਈ ਹੈ, ਬਜ਼ੁਰਗ ਮਾਤਾ ਨੂੰ ਕੈਂਸਰ ਹੋਈ ਹੈ। ਇੱਕ ਟੁੱਟੇ ਜਿਹੇ ਘਰ ਦੇ ਵਿੱਚ ਨਾ ਉਹਦੇ ਕੋਲ ਚੰਗਾ ਮੰਜਾ ਬਿਸਤਰ ਹੈ, ਨਾ ਕੋਈ ਚੰਗੀ ਛੱਤ ਹੈ, ਮੀਂਹ ਆਉਂਦਾ ਅਤੇ ਉਹ ਚੋਂਦੀ ਵੀ ਹੈ। ਉਹ ਬਜ਼ੁਰਗ ਮਾਤਾ ਨੂੰ ਜਦੋਂ ਟਾਈਮ ਮਿਲਦਾ ਅਤੇ ਉਹਦੇ ਧੀ ਪੁੱਤ ਜਿਹੜੇ ਬੱਚੇ ਨੇ, ਉਹਦੇ ਧੀਆਂ ਤਾਂ ਬਹੁਤ ਦੂਰ ਵਿਚਾਰੀਆਂ ਰਹਿੰਦੀਆਂ, ਜਿਹੜੇ ਉਹਦੇ ਮੁੰਡੇ ਉਸੇ ਪਿੰਡ 'ਚ ਰਹਿੰਦੇ ਆ, ਅਤੇ ਆਪਣੇ ਘਰ 'ਚ ਨਹੀਂ ਰੱਖਿਆ ਕਿਉਂਕਿ ਕਹਿੰਦੇ ਮਾਤਾ ਨੂੰ ਕੈਂਸਰ ਹੈ, ਮਾਤਾ ਨੂੰ ਕੈਂਸਰ ਹੈ, ਅਤੇ ਘਰ 'ਚ ਨਹੀਂ ਰੱਖਦੇ। ਉਹਨੂੰ ਇੱਕ ਟੁੱਟਾ ਜਿਹਾ ਨਾ ਕਮਰਾ ਲੈ ਤਾ, ਉਹਦੇ ਵਿੱਚ ਰੱਖਿਆ। ਬੁਰਾ ਉਸ ਮਾਤਾ ਦਾ ਹਾਲ, ਜਿਹਨਾਂ ਵੀਡੀਓ ਬਣਾਈ ਉਹ ਵਿਚਾਰੇ ਰੋਂਦੇ ਸੀ। ਅਤੇ ਉਹ ਕੀ ਵੇਖਦੇ ਹੈ ਕਿ ਜਦੋਂ ਕਿਤੇ ਟਾਈਮ ਮਿਲਦਾ ਬੱਚਿਆਂ ਦਾ, ਅਤੇ ਉਹ ਲਿਆ ਕੇ ਰੋਟੀ ਖਵਾ ਦਿੰਦੇ, ਨਹੀਂ ਤਾਂ ਮਾਤਾ ਸਾਰਾ ਸਾਰਾ ਦਿਨ ਭੁੱਖੀ ਇੱਦਾਂ ਹੀ ਗੁਜ਼ਾਰਾ। ਅਤੇ ਪਈ ਪਈ ਮਾਤਾ ਦਾ ਜਿਹੜਾ ਆ ਜਿਹੜਾ ਲੱਕ ਹੈ ਮਾਤਾ ਦਾ, ਉਹ ਗਲ ਗਿਆ ਅਤੇ ਲੱਕ ਦੇ ਵਿੱਚ ਕੀੜੇ ਪੈ ਗਏ, ਲੱਕ ਵਿੱਚ ਕੀੜੇ ਚੱਲ ਰਹੇ ਹੈ, ਮਾਤਾ ਗਲ ਗਈ ਵਿਚਾਰੀ ਪਈ ਪਈ। ਅਤੇ ਪੁੱਤ ਜਿਹੜੇ ਐ ਮੁੱਛਾਂ 'ਤੇ ਹੱਥ ਮਾਰ ਕੇ ਗਲੀਆਂ 'ਚ ਘੁੰਮਦੇ ਆ ਵੀ ਅਸੀਂ ਸਰਦਾਰ ਹੁੰਦੇ ਹਾਂ। ਕਮਲੇ, ਪੈਦਾ ਕਿੰਨੇ ਕੀਤਾ ਤੁਹਾਨੂੰ, ਜੰਮਿਆ ਕਿੰਨੇ, ਕਿਹਦੇ ਰਾਹੀਂ ਤੁਸੀਂ ਦੁਨੀਆਂ ਵਿੱਚ ਆਏ ਹੋ, ਉਹਨੂੰ ਹੀ ਭੁੱਲ ਗਏ। ਅਏ ਜੀ, ਬੋ ਆਉਂਦੀ ਹੈ ਮਾਤਾ ਤੋਂ, ਮੁੰਡਾ ਕਹਿੰਦਾ ਹੈ, ਉਹਨੂੰ ਜਦੋਂ ਬੁਲਾਇਆ ਗਿਆ, ਲੱਖ ਲਾਹਣਤਾਂ ਪਾਈਆਂ ਗਈਆਂ ਜਦੋਂ ਉਸ ਨੂੰ, ਜਿਹੜੀ ਕੋਈ ਆਏ ਸੀ ਸੱਜਣ ਵਿਚਾਰੇ ਟੇਕ ਕੇਅਰ ਕਰਨ ਵਾਲੇ, ਉਹਨਾਂ ਨੇ ਬੜੀਆਂ ਉਹਨੂੰ ਲਾਹਣਤਾਂ ਪਾਈਆਂ। ਅਤੇ ਉਹ ਅੱਗੋਂ ਕਹਿੰਦਾ ਜੀ, ਮਾਤਾ ਤੋਂ ਬੋ ਬੜੀ ਆਉਂਦੀ, ਅਸੀਂ ਬੜਾ ਇਲਾਜ ਕਰਾਇਆ, ਮਾਤਾ ਠੀਕ ਨਹੀਂ ਹੋਈ, ਇਸ ਕਰਕੇ ਆਪਾਂ ਇੱਥੇ ਰੱਖਤਾ। ਕਹਿੰਦੇ ਤੁਹਾਨੂੰ ਲਾਹਣਤਾਂ, ਮਾਤਾ ਵਿਚਾਰੀ ਗਲਗੀ ਲੱਗ 'ਚ ਕੀੜੇ ਪੈ ਗਏ, ਅਤੇ ਤੁਸੀਂ ਬਾਹਰ ਭਾਵੇਂ ਲੰਗਰ ਲਵਾਉਂਦੇ ਫਿਰੋ, ਜਦੋਂ ਮਾਤਾ ਮਰ ਗਈ ਹੋਏਗੀ ਵਿਚਾਰੀ, ਉਹ ਤੋਂ ਬਾਅਦ ਨਾ ਲੰਗਰ ਲਵਾਏ ਹੋਣਗੇ, ਅਰਦਾਸਾਂ ਵੀ ਮੇਰੇ ਵਰਗਿਆਂ ਨੇ ਬੜੀਆਂ ਠੋਕ ਠੋਕ ਕੇ ਕੀਤੀਆਂ ਹੋਣੀਆਂ ਵੀ ਜੀ, ਉਹ ਮਾਤਾ ਸੁੱਖ ਭੋਗ ਕੇ ਗਈ, ਆਨੰਦ ਮਗਨ ਵਿੱਚ ਹੋ ਕੇ ਗਈ। ਫਿਰ ਉਹ ਸਾਡੇ ਇੰਨੇ ਇੰਨੇ ਪਕਵਾਨ ਬਣਾਉਂਦੇ ਹਾਂ ਵੀ ਖਾਣ ਵਾਲਾ ਜਿਹੜਾ ਸਾਹਮਣੇ ਬੰਦਾ, ਉਹ ਕਹਿੰਦਾ ਵੀ ਢਿੱਡ ਭਰ ਗਿਆ, ਹੁਣ ਕਪੈਸਿਟੀ ਨਹੀਂ ਹੈਗੀ ਮੇਰੀ, ਨਹੀਂ ਖਾ ਖਾ ਖਾ, ਸਾਡੀ ਮਾਤਾ ਖਾਂਦੀ ਸੀ, ਮਾਤਾ ਭੁੱਖੀ ਮਰ ਗਈ ਵਿਚਾਰੀ। ਇਹ ਪ੍ਰੋਬਲਮ ਆਉਣੀ ਸਾਡੀਆਂ, ਇਹ ਨਹੀਂ ਆਉਣੀਆਂ ਚਾਹੀਦੀਆਂ ਸੀ। ਸੋ ਸੱਚੇ ਪਾਤਸ਼ਾਹ ਦੇ ਮੂਹਰੇ ਆਪਾਂ ਇਹ ਅਰਦਾਸ ਕਰਨੀ ਹੈ, ਸੱਚਿਆ ਪਾਤਸ਼ਾਹ ਕਿਰਪਾ ਕਰੀ ਸਾਨੂੰ ਨਾ ਦੁਨੀਆਂ ਦੇ ਵਿੱਚ ਚੱਜ ਸਵਾਦ ਦਾ ਅਤੇ ਚੰਗੇ ਤਰੀਕੇ ਦਾ ਰਹਿਣਾ ਬਹਿਣਾ ਵੀ ਸਿਖਾਵੀਂ। ਅਸੀਂ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੀਏ, ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰੀਏ। ਮੈਂ ਇੱਕ ਵਾਰੀ ਕਿਹਾ ਵੀ ਸੀ ਵੀ ਮਾਂ ਬਾਪ ਲੱਖ ਵਾਰੀ ਮਾੜੇ ਵੀ ਆਉਣ ਤਾਂ ਵੀ ਉਹਨਾਂ ਦੀ ਰਿਸਪੈਕਟ ਜ਼ਰੂਰ ਕਰੋ। ਸਤਿ